ਨਾਮ ਸਤਿਗੁਰ ਦੀ ਯਾਦ ਹੋਵੇ। ਜਿੱਥੇ ਇੱਕ ਦੀ ਗੱਲ ਹੁੰਦੀ ਹੋਵੇ ਪਰਮੇਸ਼ਰ ਦੀ ਵਾਹਿਗੁਰੂ ਦੀ ਅਕਾਲ ਪੁਰਖ ਦੀ ਗੱਲ ਹੋਵੇ ਸੰਗਤ ਉਹ ਹੁੰਦੀ ਹੈ ਜਿਹਨੂੰ ਕਹਿ ਰਹੇ ਤੇ ਸੰਗਤ ਉੱਤੇ ਬੈਠ ਕਰਕੇ ਜਦੋਂ ਨਾਮ ਜਪਾਂਗੇ ਨਾ ਫਿਰ ਬੜੀ ਕਿਰਪਾ ਕਰਦੀ ਰਹਿਮਤ ਕਰਦੀ। ਸੋ ਆਓ ਬਾਣੀ ਵਿੱਚ ਗੁਰੂ ਸਾਹਿਬ ਕੀ ਕਿਰਪਾ ਕਰ ਰਹੇ ਭਗਤੀ ਬੀਬੀ ਦਾ ਕੀ ਬਚਨ ਹੈ ਆਓ ਸਾਰੇ ਗੱਲ ਕਰਕੇ ਬਚਨਾਂ ਨੂੰ ਗਾਈਏ ਕਿਉਂਕਿ ਦਾਸ ਨੂੰ ਅਕਸਰ ਉਪਰ ਕੀਤਾ ਜਾਂਦਾ ਕਿ ਭਾਈ ਸਾਹਿਬ ਤੁਸੀਂ ਕਰਦੇ ਨਾ ਤੇ ਸਵਰਣ ਗੁਰੂ ਨਾਲ ਕਰਾਓ ਜਦੋਂ ਤੁਸੀਂ ਕਹਿੰਦੇ ਆ ਸੰਗਤ ਕੋਈ ਨਾ ਕੋਈ ਜ਼ਰੂਰ ਹਰ ਵਾਰੀ ਹੁਕਮ ਕਰਦਾ ਉਹ ਸ਼ਬਦਾਂ ਦੀ ਵੀ ਹੁਕਮ ਹੁੰਦੇ ਵੀ ਆਹ ਸ਼ਬਦ ਸੁਣਾ ਦਿਓ ਕੋਸ਼ਿਸ਼ ਹੁੰਦੀ ਕਿ ਹਰ ਵਾਰੀ ਅਲੱਗ ਸ਼ਬਦ ਸੁਣਾਇਆ ਜਾਣ ਕਿਉਂਕਿ ਇੱਕ ਵਾਰੀ ਰਿਪੀਟ ਨਹੀਂ ਕੀਤੇ ਜਾਂਦੇ। ਸਿਮਰਨ ਕਿਉਂ ਕਰਾਇਆ ਜਾਂਦਾ ਕਿਉਂਕਿ ਸਿਮਰਨ ਕਰਨ ਦੇ ਨਾਲ ਅੰਦਰ ਟਿਕਾਅ ਹੁੰਦਾ ਟਿਕਾਅ ਅੰਦਰ ਵੀ ਮਹਿਸੂਸ ਕਰਨ ਨਾਲ ਨਾ ਅੰਦਰ ਟਿਕਾਅ ਬਣਦਾ ਜਦੋਂ ਟਿਕੇ ਵਾਹਿਗੁਰੂ ਕਹਿੰਦੇ ਆ ਨਾ ਫਿਰ ਜਦੋਂ ਟਿਕਾਅ ਬਣਦਾ ਟਿਕਾਅ ਦੇ ਬਾਅਦ ਸ਼ਬਦ ਨੂੰ ਸੁਣਦੇ ਆ ਫਿਰ ਗੱਲ ਹੀ ਹੋਰ ਹੁੰਦੀ। ਸੋ ਆਓ ਗੁਰੂ ਕਿਰਪਾ ਕਰੇ ਕਸਮਾ ਬਖਸ਼ਿਸ਼ ਹੋ ਰਿਹਾ ਸਾਰੇ ਗੱਲ ਕਰਕੇ ਗੁਰੂ ਦੇ ਸ਼ਬਦ ਨਾਲ ਜੋੜਾਂਗੇ। ਜੇ ਭਗਤ ਕਬੀਰ ਜੀ ਅੱਜ ਕਹਿ ਰਹੇ ਹਨ ਜਿਹਨਾਂ ਦਾ ਨਾਮ ਅੰਦਰੋਂ ਜੁੜ ਕਰਕੇ ਪਰਮੇਸ਼ਰ ਦਾ ਨਾਮ ਲੈ ਕਰਕੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਬਣਾ ਲਈ ਨਾ ਮਹਾਰਾਜ ਕਹਿੰਦੇ ਫਿਰ ਉਹਨਾਂ ਦੀ ਬਾਹ ਫਿਰ ਉਹ ਪਰਮੇਸ਼ਰ ਆਪ ਬਣ ਲੈਂਦਾ। ਕਿਉਂ? ਕਿਉਂਕਿ ਕੋਈ ਗਾਵੈ ਉਹ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਤੇ ਪਰਮਗਤ ਉਹਨਾਂ ਨੂੰ ਮਿਲਦੀ ਹੈ ਗੁਰੂ ਦੇ ਚਰਨਾਂ ਵਿੱਚ ਸਥਾਨ ਉਹਨਾਂ ਨੂੰ ਮਿਲਦਾ ਜਿਹੜੇ ਨਾਮ ਜਪਦੇ ਨੇ। ਕਿਵੇਂ ਆਓ ਸਾਰੇ ਬਾਣੀ ਜੀ ਕਹਿ ਰਹੇ ਨੇ ਕੋਈ ਗਾਵੈ ਹਰ ਨਾਮਾ ਚਿਤ ਲਾਏ ਕੋਈ ਨਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਹਰ